ਵੋਟ ਬਣਾਉਣ, ਵੋਟ ਭੁਗਤਾਉਣ, ਵੋਟ ਪੋਲਿੰਗ ਬੂਥ ਤੇ ਲਿਆਉਣ, ਵੋਟਰਾਂ ਨੂੰ ਡਰਾਉਣ, ਡੰਡਾ ਚਲਾਉਣ ਦੀ ਤਾਕਤ ਵੋਟ ਦਾ ਫੈਸਲਾ ਕਰਦੀ ਹੈ। ਤੁਹਾਨੂੰ ਵੀ ਇਹੋ ਕੁਝ ਕਰਨਾ ਪੈਣਾ ਆਗਾਮੀ ਚੋਣਾਂ ਦੇ ਵਿੱਚ। ਹਾਂ, ਉਸ ਪਾਸੇ ਹੀ ਹੈ ਕਿਉਂਕਿ ਦੋ ਪਾਰਟੀਆਂ 'ਚ ਵੰਡੇ ਹੈ। ਮੈਂ ਕਰਾਂ ਨਾ ਕਰਾਂ, ਇਹ ਇੱਕ ਹਕੀਕਤ ਹੈ ਕਿ ਦੋ ਪਾਰਟੀ ਦੇ ਵੰਡੇ ਲੋਕ ਉਹਨਾਂ ਨੇ ਇਸ ਤਰ੍ਹਾਂ। ਮੈਂ ਜਦੋਂ ਕਿਸੇ ਨੂੰ ਮੈਂ ਵੋਟ ਨੂੰ ਜਾ ਕੇ ਕਹਿੰਦਾ, ਉਹ ਮੈਨੂੰ ਕਹਿ ਦਿੰਦੇ ਜੀ ਅਸੀਂ ਤਾਂ ਪਹਿਲਾਂ ਹੀ ਕਰ ਲਈ ਹੈ ਜਾਂ ਜੀ ਅਸੀਂ ਤਾਂ ਦੂਜੇ ਪਾਸੇ ਹੈ। ਇਹ ਕੋਈ ਨਹੀਂ ਕਹਿੰਦਾ ਵੀ ਮੈਂ ਤੁਹਾਡੀਆਂ ਆਹ ਚੰਗੀਆਂ ਸੇਵਾਵਾਂ, ਉਹ ਤੁਸੀਂ ਬੰਦੇ ਚੰਗੀਆਂ ਕਹਿ ਦਿੰਦੇ। ਇਹਨੂੰ ਮੈਨੂੰ ਮਹਿਸੂਸ ਹੁੰਦਾ ਜੋ ਤੁਸੀਂ ਮਤਲਬ ਰਾਜਨੀਤਿਕ ਦ੍ਰਿਸ਼ ਪੁੱਛਿਆ, ਉਹ ਮੇਰੇ ਲਈ ਤਾਂ ਮਾਯੂਸ ਕੌਣ ਹੈ ਕਿ ਉਹ ਸਿਧਾਂਤ ਦੀ ਥਾਂ ਨਿੱਕੀ ਨਿੱਕੀ ਗੁੱਟਬੰਦੀ ਉਹਦੇ ਉੱਤੇ ਫਸਿਆ ਗਿਆ ਤਾਲੇਬੰਦ। ਪਰ ਰਾਮੋਲੇ ਜੀ, ਅੱਜ ਕੱਲ੍ਹ ਜਿਹੜਾ ਨੌਜਵਾਨ ਵੋਟਰ ਆ, ਉਹਨਾਂ ਦੀ ਤਾਦਾਦ ਕਾਫੀ ਆ, ਉਹਦੇ 18 ਸਾਲ ਤੋਂ ਉੱਤੇ ਵੀ ਵੋਟ ਕਰ ਸਕਦੇ ਆ, ਉਹ ਤੇ ਸ਼ਾਇਦ ਵੱਖਰੀ ਸੋਚ ਰੱਖਦੇ ਆ। ਇਹਦੇ ਤੇ ਮੈਂ ਵਿਚਾਰ ਕਰਨ ਦੀ ਲੋੜ ਹੈ। ਕਮਿਊਨਿਸਟਾਂ ਨੂੰ ਇੱਕੋ ਉਦਾਸੀ ਹੈ ਕਿ ਯਾਰ ਕਦੇ ਕਾਲਜਾਂ ਦੇ ਕਾਲਜ, ਸਕੂਲਾਂ ਦੇ ਸਕੂਲ, ਲਿਫਟ ਯੂਨੀਅਨ ਨਾਲ ਭਰੇ ਹੁੰਦੇ ਸੀ, ਹੁਣ ਥਿਉਂਦਾ ਨਹੀਂ। ਦੂਜੇ ਪਾਸੇ ਲੋਕ ਕਹਿੰਦੇ ਜੀ ਮੁੰਡੇ ਨਸ਼ੇ, ਕੈਪਸੂਲ, ਫੈਂਸੀਆਂ, ਗੋਲੀਆਂ, ਦੋਵੇਂ ਗੱਲ ਹੈ। ਜਵਾਨੀ ਦਿਸ਼ਾਹੀਨ ਵੀ ਹੈ, ਉਹਨੂੰ ਦਿਸ਼ਾ 'ਤੇ ਲਿਆਉਣ ਦੀ ਲੋੜ ਹੈ। ਉਹ ਕਿਵੇਂ ਆਉਂਦੀ ਹੈ? ਮੈਨੂੰ ਇਹ ਲੱਗਦਾ ਜਵਾਨੀ ਨੂੰ ਲੀਹੋ ਲਾਉਣ ਵਾਲੀਆਂ ਤਾਕਤਾਂ ਬਹੁਤੀਆਂ ਮਜ਼ਬੂਤ ਹੈ ਰਾਜਨੀਤੀ 'ਚ, ਲੀਹ 'ਤੇ ਪਾਉਣ ਵਾਲੀਆਂ ਤਾਕਤਾਂ ਨਾਲੋਂ। ਬਲਕਿ ਬੁੱਧੀਜੀਵੀ ਵੀ ਮੈਨੂੰ ਹਿੱਲੇ ਲੱਗਦੇ ਆ, ਬੁੱਧੀਜੀਵੀ ਉਹ ਵੀ ਜਿਵੇਂ ਪੈਸੇ ਲੈ ਕੇ ਸਿਹਰਾ ਪੜ੍ਹ ਦੇਈਦਾ ਮੁੰਡਾ, ਚਾਹੇ ਕਾਣਾ ਹੋਵੇ, ਕਹਿਣਗੇ ਜੀ ਚੰਦ ਚੜ੍ਹ ਆਇਆ। ਇਵੇਂ ਉਹ ਵੀ ਸਿਆਸੀ ਪਾਰਟੀਆਂ, ਸਿਆਸੀ ਲੀਡਰਾਂ ਦੇ ਅਖਬਾਰਾਂ 'ਚ ਵੀ ਲੇਖ, ਹੋਰ ਸਾਰੇ। ਇਹ ਕਾਫੀ ਔਖਾ ਜਿਹਾ ਕੰਮ ਹੈ। ਬੜੀ ਉਦਾਸੀ ਵਾਲੀ ਗੱਲ ਤੁਸੀਂ ਕਰ ਰਹੇ ਜੇ, ਵਾਪਸ ਅਕਾਲੀ ਦਲ 'ਤੇ ਆਈਏ, ਤੁਸੀਂ ਅਕਾਲੀ ਦਲ ਦੇ 'ਚ ਆਪਣਾ ਲੀਡਰ ਕਿਹਨੂੰ ਮੰਨਦੇ ਜੇ, ਪ੍ਰਕਾਸ਼ ਸਿੰਘ ਜਾਂ ਸੁਖਬੀਰ ਸਿੰਘ ਬਾਦਲ ਨੂੰ? ਜਦ ਤੁਸੀਂ ਇੱਕ ਜਥੇਬੰਦੀ 'ਚ ਹੈ, ਉਹਦੇ ਵਿੱਚ ਜੋ ਹੈਰਾਰਕੀ ਹੈ ਉਹਦੇ ਮੁਤਾਬਕ ਹੀ ਤੁਸੀਂ ਕੰਮ ਕਰਨਾ। ਮੈਂ ਜਦੋਂ ਆਪ ਪਾਰਟੀ ਦਾ ਪ੍ਰਧਾਨ ਸੀ ਤਾਂ ਮੈਨੂੰ ਹਰ ਇੱਕ ਨੂੰ ਮੈਨੂੰ ਪ੍ਰਧਾਨ ਮੰਨਣਾ ਸੀ। ਮੈਂ ਸਰਦਾਰ ਪ੍ਰਕਾਸ਼ ਸਿੰਘ ਨੂੰ ਬੜੇ ਅਦਬ ਨਾਲ ਮੰਨਦਾ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਔਰ ਪੂਰੇ ਅਦਬ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ। ਪਰ ਉੱਥੇ ਤੇ ਹਾਇਰਕੀ ਉਥਲ ਪੁਥਲ ਹੋਈ ਆ, ਇੱਕ ਮੁੱਖ ਮੰਤਰੀ ਹੈ ਤੇ ਦੂਜਾ ਪਾਰਟੀ ਦਾ ਪ੍ਰਧਾਨ ਹੈ, ਸੋ ਪਹਿਲੋਂ ਕੌਣ ਹੈ ਤੇ ਬਾਅਦ 'ਚ ਕੌਣ ਹੈ? ਨਹੀਂ, ਪਾਰਟੀ ਮੁੱਖ ਤੌਰ 'ਤੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਕਿਉਂਕਿ ਸਰਪ੍ਰਸਤ ਹੈ, ਅਤੇ ਇਹ ਸੁਖਬੀਰ ਸਿੰਘ ਜੀ ਜਿਹੜੇ ਆ ਉਹ ਪਾਰਟੀ ਪ੍ਰਧਾਨ ਹੈ। ਠੀਕ ਹੈ, ਤੁਸੀਂ ਦੋਵਾਂ ਨੂੰ ਕਾਫੀ ਨਜ਼ਦੀਕੀ ਤੋਂ ਦੇਖਿਆ ਹੋਊਗਾ, ਪਰਖਿਆ ਵੀ ਹੋਊਗਾ, ਵਿਰੋਧੀ ਹੋ ਕੇ ਵੀ ਪਰਖਿਆ ਤੇ ਹੁਣ ਪਾਰਟੀ ਦੇ ਵਿੱਚੋਂ ਵੀ ਪਰਖਿਆ ਹੋਊਗਾ, ਵਿਰੋਧੀ ਹੋ ਕੇ ਵੀ ਪਰਖਿਆ। ਤਾਂ ਤੁਹਾਨੂੰ ਕੀ ਲੱਗਦਾ ਵੀ ਇਹਨਾਂ 'ਚੋਂ ਬਿਹਤਰ ਸਿਆਸਤਦਾਨ ਕੌਣ ਆ? ਦੇਖੋ, ਮੈਚਿਓਰਿਟੀ ਦੇ ਪੱਖੋਂ ਸੁਭਾਵਕ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਚਿਓਰ ਸੀ, ਹੈਗੇ ਹੈ। ਪਰ ਮੇਰੀ ਹੈਰਾਨੀ ਦੀ ਹੱਦ ਹੈ, ਜਦੋਂ ਦਾ ਮੈਂ ਆਇਆ ਮੈਂ ਸੁਖਬੀਰ ਸਿੰਘ ਬਾਦਲ ਨੂੰ ਫੁੱਲ ਆਫ ਪੇਸ਼ੈਂਸ, ਗੱਲ ਸੁਣ ਕੇ ਟਾਈਮ ਦੇਣਾ। ਰਾਤ ਮੈਂ ਉਹਨਾਂ ਨੂੰ 12:15 ਵਜੇ ਮਿਲਿਆ, ਸਾਸੂ ਬਾਦਲ ਨੂੰ 1:30-2 ਵਜੇ ਤੱਕ ਲੋਕਾਂ ਨੂੰ ਮਿਲੀ ਜਾਣਾ, ਫੈਸਲੇ ਕਰਨੇ। ਮੇਰੀ ਉਮੀਦ ਤੋਂ ਕਿਤੇ ਗੰਭੀਰ ਤੇ ਸੰਜੀਦਾ ਨਜ਼ਰ ਆਇਆ। ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਸਹੀ ਰਸਤੇ ਤੇ ਲਿਜਾ ਸਕਦੇ ਆ? ਮੈਨੂੰ ਇਹ ਲੱਗਦਾ, ਮੈਂ ਆਪਾਂ ਦੇਖੋ ਭਰਾਵਾਂ ਵਾਲੀ ਗੱਲ ਕਰਦੇ ਹਾਂ, ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਮੁਲਾਇਮ ਸਿੰਘ ਦੇ ਬੇਟੇ ਅਖਿਲੇਸ਼ ਨੂੰ, ਉਮਰ ਅਬਦੁੱਲਾ ਨੂੰ ਤੇ ਰਾਹੁਲ ਗਾਂਧੀ ਨੂੰ, ਕਿਉਂਕਿ ਮੈਂ ਤਾਂ ਹੋਰ ਤਰ੍ਹਾਂ ਵੀ ਮੇਰਾ ਤਜਰਬੇ ਹੈ ਨਾ ਇੰਨੇ ਵਰ੍ਹਿਆਂ ਦੇ, ਮੈਂ ਤੋਲ ਤੋਲ ਕੇ ਦੇਖਿਆ ਇਹਨਾਂ ਵਿੱਚੋਂ ਅਖਿਲੇਸ਼ ਤੇ ਸਰਦਾਰ ਸੁਖਬੀਰ ਸਿੰਘ ਬਾਦਲ। ਮੈਨੂੰ ਐਂ ਲੱਗਦਾ ਜਿਵੇਂ ਜਿਹੜੀ ਉਹਨਾਂ ਨੂੰ ਵਿਰਾਸਤ 'ਚ ਸਿਆਸਤ ਮਿਲੀ ਹੈ ਉਹਨੂੰ ਅੱਗੇ ਵਧਾਉਣ, ਸੰਭਾਲਣ, ਉਹਦੀਆਂ ਪਰੰਪਰਾਵਾਂ ਕਾਇਮ ਰੱਖਣ 'ਚ ਜ਼ਿਆਦਾ ਸੰਜੀਦਾ। ਪਰ ਆਮ ਮੰਨਿਆ ਜਾਂਦਾ ਵੀ ਇਹ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ ਵਾ, ਇਹ ਸਭ ਤੋਂ ਭ੍ਰਿਸ਼ਟ ਸਰਕਾਰ ਹੁਣ ਤੱਕ ਆਈ ਹੈ। ਤੁਸੀਂ ਅਕਾਲੀ ਦਲ ਜੁਆਇਨ ਕੀਤਾ, ਤੁਹਾਨੂੰ ਉਹ ਇਹ ਜਿਹੜੀ ਗਠਜੋੜ ਆ ਜਾਂ ਅਕਾਲੀ ਸ਼੍ਰੋਮਣੀ ਅਕਾਲੀ ਦਲ ਆ, ਇਹ ਸਾਫ਼ ਨਜ਼ਰ ਆਉਂਦਾ? ਬੀਜੇਪੀ ਵਿੱਚ ਭ੍ਰਿਸ਼ਟਾਚਾਰ ਦੀ ਕੁਝ ਸ਼ਿਕਾਇਤਾਂ ਨੂੰ ਉਹਨਾਂ ਦੀ ਹਾਈ ਕਮਾਂਡ ਨੇ ਵਿਚਾਰਿਆ, ਵਿਚਾਰ ਕੇ ਕੁਝ ਲੋਕ ਪਾਰਟੀ 'ਚੋਂ ਡਰੋਪ ਕਰਤੇ, ਕੁਝ ਲੋਕ ਟਿਕਟਾਂ 'ਚੋਂ ਡਰੋਪ ਕਰਤੇ। ਤਾਂ ਮੈਂ ਸਮਝਦਾ ਕੋਈ ਇਹ ਤਾਂ ਬੀਜੇਪੀ ਨੇ ਪ੍ਰਵਾਨ ਹੀ ਕਰ ਲਿਆ ਵੀ ਕੁਛ ਬੰਦੇ ਗਲਤ ਸੀ। ਤਾਂ ਜਨਰਲਾਈਜ਼ ਇੱਕੋ ਰੱਸੇ ਬੰਨਣ ਦੀ ਗੱਲ ਤੋਂ ਮੈਂ ਸੰਕੋਚ ਕਰਦਾ ਨਹੀਂ ਹੈ। ਤੁਸੀਂ ਇੰਨੇ ਵੱਡੇ ਅਹੁਦਿਆਂ ਤੇ ਰਹੇ, ਕੇਂਦਰੀ ਮੰਤਰੀ ਵੀ ਰਹੇ ਤੁਸੀਂ, ਤੇ ਹੁਣ ਫਿਰ 70 ਸਾਲ ਦੀ ਉਮਰ 'ਚ ਆ ਕੇ ਤੇ MLA ਇਲੈਕਸ਼ਨ ਲੜਨ ਦਾ ਕੋਈ ਫੈਸਲਾ ਕਰ ਲਿਆ?
ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰ ਪ੍ਰਕਾਸ਼ ਬਾਦਲ ਨੂੰ ਕਿਹਾ ਸੀ ਵੀ ਮੈਨੂੰ ਤੁਸੀਂ ਜ਼ਿੰਮੇਵਾਰੀ ਹੋਰ ਦੇ ਦਿਓ, ਪਰ ਉਹ ਕਹਿਣ ਲੱਗੇ ਵੀ ਅਸੀਂ ਮੋਹਾਲੀ ਨੂੰ ਗੁੜਗਾਉਂ ਵਰਗਾ ਬਣਾਉਣਾ, ਅਸੀਂ ਮੋਹਾਲੀ 'ਚ ਇਨਫਰਾਸਟ੍ਰਕਚਰ ਮਜ਼ਬੂਤ ਕਰਨਾ, ਅਸੀਂ ਦੋ ਚੀਜ਼ਾਂ ਵੀ ਤੁਹਾਡੀ ਲਿਆਕਤ, ਤੁਹਾਡੀ ਪੜ੍ਹਾਈ, ਤੁਹਾਡਾ ਕੇਂਦਰੀ ਮੰਤਰੀ ਦਾ ਤਜਰਬਾ, ਤੁਹਾਡੀ ਦਿੱਲੀ ਵਿੱਚ ਲੋਬੀਇੰਗ ਕੈਪੈਸਿਟੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਤੁਹਾਨੂੰ ਹਰ ਕੀਮਤ 'ਤੇ ਮੋਹਾਲੀ ਤੋਂ ਖੜ੍ਹਾ ਕਰਨਾ ਹੀ ਕਰਨਾ। ਤਾਂ ਆਫਕੋਰਸ ਮੈਂ ਸੀਤਾ ਰਾਮ ਕੇਸਰੀ ਕਹਿੰਦੇ ਹੁੰਦੇ ਸੀ ਵੀ ਜੱਥੇਬੰਦੀਆਂ ਵਿੱਚ ਡਿਸਿਪਲਿਨ 'ਚ ਰਹਿਣਾ ਬਹੁਤ ਜ਼ਰੂਰੀ ਹੈ, ਅਤੇ ਮੈਂ ਹੁਣ ਅਕਾਲੀ ਦਲ ਦਾ ਡਿਸਿਪਲਿਨ ਸੋਲਜਰ ਹੈ। ਮੈਨੂੰ ਜੋ ਕਿਹਾ ਗਿਆ ਮੈਂ ਬੜੀ ਖੁਸ਼ੀ ਨਾਲ ਮੋਹਾਲੀ ਨੂੰ ਗੜਗਾਉਂ ਬਣਾਉਣ ਦੀ ਅਤੇ ਇੱਥੇ ਇਨਫਰਾਸਟ੍ਰਕਚਰ ਦੀ ਜੋ ਮੇਰੀ ਤਜਰਬਾ ਜਿੰਨਾ ਕੁ ਤੁਸੀਂ ਚਾਹਵਾਨ ਕਿੱਥੋਂ ਸੀ ਇਲੈਕਸ਼ਨ ਲੜਨ ਵਾਸਤੇ? ਮੈਂ ਲੜਨਾ ਹੀ ਨਹੀਂ ਸੀ ਚਾਹੁੰਦਾ MLA ਦੀ ਚੋਣ, ਮੈਂ ਕਿਤੋਂ ਮੰਗਿਆ ਹੀ ਨਹੀਂ, ਨਾਲੇ ਮੈਂ ਕੋਈ ਸ਼ਰਤਾਂ ਨਹੀਂ ਸੀ ਲਾਈਆਂ। ਤੁਸੀਂ ਹੈਰਾਨ ਹੋਵੋਗੇ, ਹੁਣ ਵੀ ਮੈਂ ਅਕਾਲੀ ਦਲ 'ਚ ਕੋਈ ਅਹੁਦਾ ਨਹੀਂ ਲਿਆ। ਮੈਨੂੰ ਕਿਹਾ ਵੀ ਆਹ ਪਏ ਅਹੁਦੇ, ਹੱਸ ਕੇ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਜੀ ਵੀ ਸਾਡੇ ਦੋਨਾਂ ਨੂੰ ਛੱਡ ਕੇ ਜਿਹੜੇ ਮਰਜ਼ੀ ਉਹਦੇ ਤੇ ਉਂਗਲ ਰੱਖ ਦਿਓ, ਤੁਹਾਨੂੰ ਦੇ ਦੇਣੇ। ਮੈਂ ਜੀ ਮੈਂ ਕੋਈ ਵੀ ਨਹੀਂ ਲੈਣਾ, ਮਾਫ਼ ਕਰਨਾ। ਮੈਂ ਕਿਹਾ ਜੀ ਮੈਂ ਬਲਵੰਤ ਸਿੰਘ ਰਾਮੂ ਵਾਲੀ ਹੀ ਕਾਫ਼ੀ ਹੈ। ਚਲੋ ਫਿਰ ਵੀ ਮੈਨੂੰ ਜਿਹੜੀ ਹਾਈ ਪਾਵਰ ਕਮੇਟੀ ਕੋਰ ਕਮੇਟੀ 'ਚ ਪਾਤਾ, ਪਰ ਮੈਂ ਕੋਈ ਅਹੁਦਾ ਨਹੀਂ। ਪਰ ਰਾਮੂ ਵਾਲੇ ਜੀ, ਮੋਹਾਲੀ 'ਚ ਕਾਫ਼ੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੁਹਾਨੂੰ ਟਿੱਡਾ ਉਮੀਦਵਾਰ ਮੰਨਦੇ ਆ, ਪੈਰਾਸ਼ੂਟ ਜਿਹੜੇ ਹੋ ਕੇ ਆਏ ਆ, ਜਿਹਨਾਂ ਨੂੰ ਮੋਹਾਲੀ ਦੇ ਦਿੱਕਤਾਂ ਮੋਹਾਲੀ ਦੀਆਂ ਮੁਸ਼ਕਲਾਂ ਬਾਰੇ ਪਤਾ ਹੀ ਨਹੀਂ? ਇੱਕ ਸੱਜਣ ਤਾਂ ਜਿਹੜੇ ਬੰਦੇ ਨੂੰ ਦੁਨੀਆ ਭਰ 'ਚ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਪਤਾ, ਉਹਨੂੰ ਮੋਹਾਲੀ ਦਾ ਨਹੀਂ ਪਤਾ। ਮੈਂ ਤਾਂ ਉਹਨੂੰ ਵੀ ਕਿਹਾ ਸੀਗਾ ਵਿਰੋਧੀ ਨੂੰ ਵੀ ਮੈਨੂੰ ਤੁਸੀਂ ਕਹਿੰਦੇ ਬਾਹਰ ਲੈ, ਮੈਂ ਤਾਂ ਲੁਧਿਆਣੇ ਦਾ ਅਤੇ ਮੋਹਾਲੀ ਆ ਗਿਆ। ਅਤੇ ਭਾਈਜਾਨ, ਸ਼੍ਰੀਮਤੀ ਸੋਨੀਆ ਗਾਂਧੀ ਇਟਲੀ ਦੀ ਹੈ, ਇਟਲੀ ਵਾਲੀ ਕੁੜੀ ਨੂੰ ਆਲ ਇੰਡੀਆ ਦੀ ਪ੍ਰਧਾਨ ਪ੍ਰਵਾਨ ਕਰੀ ਬੈਠੇ, ਅਤੇ ਲੁਧਿਆਣੇ ਨੂੰ ਮੋਹਾਲੀ ਨਹੀਂ ਕਰਦੇ, ਕਿਵੇਂ ਹੋ ਜੂਗਾ? ਕਿੱਦਾਂ ਮੁਸ਼ਕਿਲ ਹੈ? ਇਹੋ ਜਿਹੀ ਕੋਈ ਗੱਲ ਨਹੀਂ। ਮੈਨੂੰ ਤਾਂ ਇਹ ਮੰਨਿਆ ਜਾਂਦਾ ਵੀ ਇਹ ਕਿਤੇ ਵੀ ਬੈਠਾ ਹੋਵੇ, ਇਹ ਤਾਂ ਬੈਟਰੀਆਂ ਮਾਰ ਮਾਰ ਕੇ ਦੁਨੀਆ ਭਰ ਵਿੱਚ ਪੰਜਾਬੀਆਂ ਦੇ ਮਸਲੇ ਲੱਭ ਲੱਭ ਕੇ ਹੱਲ ਕਰਨ ਵਾਲਾ ਬੰਦਾ। ਪਰ ਸੁਖਬੀਰ ਸਿੰਘ ਬਾਦਲ ਦੇ ਆਪਣੇ ਕਜ਼ਨ ਬੱਬੀ ਬਾਦਲ ਤੁਹਾਡਾ ਵਿਰੋਧ ਕਰ ਰਹੇ, ਤੁਹਾਨੂੰ ਮੁਸ਼ਕਿਲ ਨਹੀਂ ਆ ਸਕਦੀ? ਅੱਜ 3 ਵਜੇ ਉਹ ਮੇਰੇ ਨਾਲ ਰਲਣ ਦਾ ਐਲਾਨ ਕਰ ਰਹੇ ਆ, ਪ੍ਰੈਸ ਕਾਨਫਰੰਸ ਰੱਖੀ ਵੀ ਹੈ। ਤੁਸੀਂ ਲੋਕਾਂ ਨੂੰ ਕੀ ਅਪੀਲ ਕਰ ਰਹੇ ਜੇ ਵੀ ਉਹ ਤੁਹਾਡੇ ਵਿਰੋਧੀ ਬਲਬੀਰ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਉਮੀਦਵਾਰ, ਉਹਨਾਂ ਨੂੰ ਨਾ ਵੋਟ ਪਾਉਣ ਤੇ ਤੁਹਾਨੂੰ ਵੋਟ ਪਾਉਣ? ਦੇਖੋ, ਮੇਰਾ ਏਜੰਡਾ ਹੈ ਬਈ ਮੋਹਾਲੀ ਪੰਜਾਬ ਦਾ ਸਿਰਮੌਰ ਇਲਾਕਾ ਹੈ, ਇੱਥੇ ਵਿਦਵਾਨ ਸੂਝਵਾਨ, ਇੱਥੇ ਬਿਜ਼ਨਸ ਟਰੇਡ ਇਨਫਰਾਸਟ੍ਰਕਚਰ ਦੀ ਲੋੜ ਅਤੇ ਗੁਣਵੰਤ ਵਿੱਦਿਆ ਉਹਨੂੰ ਅੱਗੇ ਲਿਜਾਣ ਵਾਲਾ ਕੋਈ ਸੇਵਕ ਚਾਹੀਦਾ। ਅਤੇ ਦੂਜੇ ਪਾਸੇ ਮੈਂ ਇਹ ਵੀ ਕਹਿੰਦਾ ਹੁੰਦਾ ਕਿ ਯੋਗਤਾ ਦੇ ਲਿਹਾਜ਼ ਨਾਲ ਅਤੇ ਪਾਰਟੀ ਦੇ ਲਿਹਾਜ਼ ਨਾਲ ਤੁਸੀਂ ਵੋਟ ਪਾਓ। ਮੈਂ TV ਉੱਤੇ ਬੋਲ ਰਿਹਾ, ਤੁਹਾਡਾ ਬੜਾ ਪ੍ਰੈਸਟੀਜੀਅਸ ਟੈਲੀਵਿਜ਼ਨ ਹੈ, ਬੜਾ ਵੱਧ ਰਿਹਾ ਲੋਕਾਂ 'ਚ, ਇਹਦੀ ਸ਼ਾਨ ਵੱਧ ਰਹੀ ਹੈ। ਮੈਂ ਕੋਈ ਜ਼ਾਤੀ ਗੱਲ ਨਹੀਂ ਕਰਦਾ, ਮੈਂ ਸਮਝਦਾ ਕੈਂਡੀਡੇਟ ਪੱਖੋਂ ਜੋ ਮੇਰੀਆਂ ਸੇਵਾਵਾਂ ਯੋਗਤਾ, ਮੈਂ ਉਹਦੇ 'ਤੇ ਵੋਟ ਮੰਗਦਾ, ਮੈਂ ਉਹਨੂੰ ਨਿੰਦ ਕੇ ਨਹੀਂ ਮੰਗਦਾ। ਜੇ ਤੁਸੀਂ ਜਿੱਤੋਗੇ ਮੋਹਾਲੀ ਤੋਂ ਰਾਮੂ ਵਾਲੇ ਜੀ, ਤਾਂ ਮੋਹਾਲੀ ਵਾਸਤੇ ਕੀ ਕਰੋਗੇ ਖਾਸ ਕਰਕੇ? ਮੈਂ ਮੋਹਾਲੀ ਲਈ ਬੜਾ ਕਲੀਅਰ ਹੈ ਕਿ ਇਹਦੀ ਉਦਯੋਗ ਅਤੇ ਜਿਹੜੀਆਂ 2400 ਕਰੋੜ ਰੁਪਿਆ ਸਾਰੇ ਜ਼ਿਲ੍ਹੇ ਵਿੱਚ ਵਿਕਾਸ ਸਕੀਮਾਂ ਲਈ ਮਨਜ਼ੂਰ ਹੋ ਕੇ ਬਹੁਤ ਕੁਛ ਬਣ ਚੁੱਕਾ, ਉਹਨੂੰ ਮੁਕੰਮਲ ਕਰਨ, ਅਤੇ ਬਹੁਤ ਸਾਰੀਆਂ ਗੱਲਾਂ ਗਮਾਡਾ ਦੀਆਂ ਜਾਂ ਹੋਰ ਜਿਹੜੀਆਂ ਉਹਨਾਂ ਨੂੰ ਸਿੱਧਾ ਸੰਬੋਧਨ ਕਰਕੇ, ਜਿਵੇਂ ਇੱਕ ਮਦਨਪੁਰ ਪਿੰਡ ਹੈ ਉਹਦਾ ਕੋਈ ਇੱਕ ਨੋਟੀਫਿਕੇਸ਼ਨ ਰਹਿੰਦਾ, ਕਈ ਕੁਛ ਰਹਿੰਦਾ, ਜੋ ਵੀ ਹੈ ਦੋ ਹਿੱਸਿਆਂ 'ਚ ਮੈਂ ਵੰਡ ਲੈਣਾ। ਇੱਕ ਲੋਕਾਂ ਦੇ ਸਿੱਧੇ ਮਸਲੇ ਜਿਹੜੇ ਪ੍ਰਸ਼ਾਸਨ ਨਾਲ ਜੁੜੇ ਹੋਏ ਹੈ, ਦੂਜਾ ਮੋਹਾਲੀ ਦੇ ਵਿਕਾਸ ਲਈ ਜਿਵੇਂ ਅਹਿਮਦਾਬਾਦ, ਬੰਗਲੌਰ, ਗੜਗਾਉਂ ਉਹ ਵਧੇ ਹੈ, ਉਹਨਾਂ ਲੀਹਾਂ 'ਤੇ ਜੋ ਵੀ ਕਰ ਸਕੀਏ, ਇੱਥੋਂ ਸ਼ਕਤੀ ਅਤੇ ਉੱਥੇ ਮੇਰੀ ਲੋਬੀ। ਸਟੇਟ ਲੈਵਲ 'ਤੇ ਕਬੂਤਰਬਾਜ਼ੀ ਨੂੰ ਰੋਕਣ ਲਈ ਆ, ਜਿਹੜੀਆਂ ਔਰਤਾਂ ਨੂੰ ਲੋਕ ਬਾਹਰੋਂ ਆ ਕੇ ਵਿਆਹ ਕੇ ਛੱਡ ਜਾਂਦੇ ਆ, ਉਹਨਾਂ ਵਾਸਤੇ ਕੀ ਕਰਨ ਦਾ ਸੋਚਿਆ? ਬਹੁਤ ਸੰਧੂ ਸਾਹਿਬ ਤੁਸੀਂ ਕੀਤਾ, ਹਾਲੇ ਤੱਕ ਮੈਂ ਸੰਤੁਸ਼ਟ ਨਹੀਂ ਜੋ ਸਰਕਾਰ ਕਰ ਰਹੀ ਹੈ। ਮੈਂ ਕਿਸੇ ਦਿਨ ਪੂਰਾ ਇੱਕ ਨੋਟ ਬਣਾ ਕੇ ਅਕਾਲੀ ਦਲ ਦੀ ਕੋਰ ਕਮੇਟੀ 'ਚ ਰੱਖ ਦੇਣਾ ਵੀ ਤੁਸੀਂ ਜਦੋਂ ਮੇਰੇ ਕੋਲ ਇੰਨੀ ਕੁ ਸੂਝ ਹੈ ਕਿ ਕਬੂਤਰਬਾਜ਼ੀ ਵੀ ਰੁਕ ਸਕਦੀ ਹੈ, ਧੀਆਂ ਨਾਲ ਧੋਖੇ ਰੁਕ ਸਕਦੇ ਹੈ, ਅਤੇ ਜਿਨ੍ਹਾਂ ਨੇ ਵਿਦੇਸ਼ੀ ਪਤੀਆਂ ਨਾਲ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ ਉਹਨਾਂ ਲਈ ਪੇਸ਼ਗੀ ਖਤਰਿਆਂ ਨੂੰ ਸਾਂਭਣ ਅਤੇ ਖਤਰਿਆਂ ਤੋਂ ਨਿਕਲਣ ਦੇ ਪੇਸ਼ਗੀ 5-4 ਸਟੈਪ ਹੈ,
वो चुके जा सकते हैं, जिंद नुकसान कोई नहीं। मैं सगो मैं बहुत थोड़ी मेहरबानी तुम गल छेड़ी है, मैं श्रोमणी अकाली दल की शक्ति जी है उम्मीद है इन्हों का राज आ जाएगा। जे राज शक्ति हुई तो राज शक्ति नहीं राज से शक्ति श्रोमणी अकाली दल की मैं ये वरतागा कि धियां ते पुत मैं इन्होंने बहुत संबोधन करदा, ये मेरा बहुत मेरे दिल के नेड़े मुद्दा है, इन्हू मैं वरतागा। उन्होंने असं वेट करांगे तुहाडे इस नोट की, पर जे किते रब ना करे हार गए तुसी मोहाली तो फिर की प्लान है, किते दोबारा उडारी मारन दा प्लान ते नहीं? का तो जिहड़ा बंदा 14 साल मैं औखे दिन कट ले ते हुण मैं एड्डी वड्डी पार्टी चो क्यों जाऊंगा? तुसी इन्ना लंबा तुहाडा सियासी कैरियर आ, इन्हू जे सम अप करना होवे बलवंत जी ते किवें करोगे? मेरा सियासी कैरियर स्पष्ट है कि मैं लोग समस्यावां ते आम लोग ਉਹਨਾਂ ਦੇ ਮਨ ਮੰਦਰ ਵਿੱਚ ਸਵੈਮਾਨ ਵਿੱਚ ਭਵਿੱਖ ਬਣਾਉਣ ਦੀਆਂ ਰੀਝਾਂ ਨਾਲ ਜੁੜਿਆ ਹੋਇਆ ਮੇਰਾ ਰਾਜਨੀਤੀ ਰਹੀ ਹੈ। ਇਸੇ ਕਰਕੇ ਮੈਂ ਹੀ ਕਹਿ ਸਕਦਾ ਦਾਅਵੇ ਨਾਲ ਮੈਂ ਹੀ ਇੱਕ ਬੰਦਾ ਹੈ ਜਿਹੜਾ ਤਾਕਤ ਤੋਂ ਬਾਹਰ ਹੋ ਕੇ ਵੀ ਜਾਂ ਛੋਟੇ ਤੋਂ ਵੱਡੇ ਨਤੀਜੇ ਤਾਂ ਦਿੱਤੇ ਹੈ। ਪਰ ਕਦੀ ਮਾਯੂਸੀ ਇੰਨੀ ਹੋਈ ਜੀ ਕੀਤਾ ਵੀ ਭੱਜਵਾਂ ਮੈਂ ਸਿਆਸਤ ਚੋਂ? ਇਹ ਮਾਯੂਸੀ ਕਦੇ ਨਹੀਂ ਹੋਈ, ਇਹ ਮੈਂ ਤੁਹਾਡੇ ਕੋਲ ਕਨਫੈਸ਼ਨ ਹੀ ਕਰ ਲਿਆ ਕਿਉਂਕਿ ਮੈਂ ਆਪਣੇ ਮਨ ਦਾ ਬੋਝ ਲਾਹ ਤਾ। ਅੱਜ मैं पूरी तरह मायूस है कि पंजाब के लोग चंगे बहुत है, कहिंदे चंगा है, मेरिया सेवावां दा समुंदर वहा दिंदे सी लेकिन वोट की चूली पानी नहीं दिंदे सी। ये लोगों ने पुछना चाहिए अपने आप से, इसे करके मेरी कोई नुकताची नहीं हुई। पार्ट 90% लोगों ने कहा होर की करदा बेचारा, जो तुसीं पल्ले तां कुछ पाउंदे नहीं सी। मैनू घट्टो घट्ट 1500 चिट्ठी आई कि सानू मायूस सी बहुत तो पार्टी तोड़ती, पर तेरे को राह भी कोई नहीं सी। चार वेरी चोणा लड़ो ते हर वेरी कछू कुम्मे वांगू पुठे डेक के सिर थले दे लत्तां तां हो जाण, तुर करोगे की? ए है गल। बिल्कुल, बहुत बहुत धन्यवाद रमवाले जी आए साढ़े स्टूडियो च साडे नाल गल। बहुत कृपा संधू साहब, तुहाडा टीवी होर वधे। थैंक यू। इस दे नाल ही फेयर एंड स्क्वेयर दा ए अंक इत्थे ही खत्म हुंदा है। सो असी गल कर रहे सी लोक भलाई पार्टी दे रह चुके सरप्रस्त अते हुण अकाली दल दे आगू बलवंत सिंह रामूवालिया नाल। अगले हफ्ते फिर मुलाकात होएगी एक नवी शख्सियत नाल। नमस्कार, सत श्री अकाल, खुदा हाफिज़।